ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਸੀਗਾ ਮਦਰ ਡੇ, ਅੱਜ ਮਦਰ ਡੇ ਆ ਹੈ ਨਾ, ਅਤੇ ਬੱਚੇ ਕਹਿੰਦੇ ਵੀ ਕੋਈ ਗਿਫਟ ਲੈਣਾ ਮੰਮਾ ਵਾਸਤੇ, ਅਤੇ ਮੈਂ ਕਿਹਾ ਵੀ ਚਲੋ ਦੇਖ ਆਓ ਕੁਛ। ਠੀਕ ਆ, ਹੁਣ ਚੱਲੇ ਹਾਂ ਕੋਈ ਮਦਰ ਡੇ 'ਤੇ ਗਿਫਟ ਲੈਣ। ਅਤੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਹੈ ਪੁੱਤ, ਜਿਹੜੀ ਮਾਂ ਹੁੰਦੀ ਆ ਇਹਦਾ ਕੋਈ ਇੱਕ ਦਿਨ ਹੀ ਥੋੜ੍ਹਾ ਹੁੰਦਾ, ਮਾਂ ਤਾਂ ਸਦਾ ਮਾਂ ਹੀ ਹੁੰਦੀ, ਉਹਦਾ ਤਾਂ ਰੋਜ਼ ਹੀ ਦਿਨ ਹੁੰਦਾ। ਪਰ ਇੱਕ ਸਪੈਸ਼ਲ ਦਿਨ, ਜ਼ਿਆਦਾ ਸਪੈਸ਼ਲ ਦਿਨ, ਕਿਉਂਕਿ ਮੰਮਾ ਨੇ ਰੋਜ਼ ਤਾਂ ਕੰਮ ਹੀ ਕਰਨੇ ਹੁੰਦੇ, ਕੋਈ ਸਪੈਸ਼ਲ ਡੇ ਵੀ ਚਾਹੀਦਾ। ਮੰਮਾ ਤਾਂ ਅੱਜ ਵੀ ਕੰਮ ਕਰਦੀ ਆ, ਮੈਂ ਜਿੱਦਾਂ ਮੈਂ ਦੇਖਿਆ ਵੀ ਅੱਜ ਲੋਕਾਂ ਸਟੇਟਸ ਲਾਏ ਆ ਹੈ ਨਾ, ਸਾਰੇ ਕਿਤੇ ਹੀ ਇੰਸਟਾਗ੍ਰਾਮ 'ਤੇ ਫੇਸਬੁੱਕਾਂ 'ਤੇ ਸਾਰੇ ਕਿਤੇ ਹੀ ਦੇਖਦੇ ਹਾਂ। ਚਲੋ ਮਾਂ ਤਾਂ ਰੋਜ਼ ਹੀ ਦਿਨ ਹੁੰਦਾ, ਸਾਰੇ ਹੀ ਪਿਆਰ ਕਰਦੇ, ਐਂ ਨਹੀਂ ਹੈਗਾ ਮਾਂ ਨੂੰ ਪਿਆਰ ਨਹੀਂ ਕਰਦੇ। ਅਤੇ ਪਰ ਮਦਰ ਤਾਂ ਇੱਦਾਂ ਦੀ ਹੈ, ਇਹਦਾ ਵੀ ਰੋਜ਼ ਹੀ ਮਦਰ ਦਾ ਤਾਂ ਹਰ ਦਿਨ ਹੀ ਮਦਰ ਡੇ ਹੁੰਦਾ, ਮੈਂ ਤਾਂ ਇਹ ਸੋਚਦਾ। ਸਾਡਾ ਫਰਜ਼ ਬਣਦਾ ਵੀ ਚਲੋ ਜੇ ਮਦਰ ਡੇ 'ਤੇ ਅਸੀਂ ਫੋਟੋ ਲਾਉਣੇ ਵਧੀਆ ਗੱਲ ਆ, ਅਤੇ ਮਾਂ ਬਾਪ ਦੀ ਰਿਸਪੈਕਟ ਕਰੀਏ। ਠੀਕ ਆ, ਮਾਂ ਬਾਪ ਦੇ ਕਹਿਣੇ 'ਤੇ ਚੱਲੀਏ ਤਾਂ ਸਭ ਤੋਂ ਵੱਡੀ ਜਿਹੜੀ ਰਿਸਪੈਕਟ ਉਹੀ ਹੁੰਦੀ ਆ, ਮਾਂ ਲਈ ਵੀ ਅਤੇ ਪਿਓ ਲਈ ਵੀ, ਹੈ ਕਿ ਨਹੀਂ। ਅਤੇ ਮੰਮੀ ਪਾਪਾ ਦੀ ਗੱਲ ਮੰਨਣੀ ਹੁੰਦੀ ਹੈ ਬੱਚਿਓ। ਠੀਕ ਆ, ਸਮਝੇ? ਸ਼ੈਤਾਨੀ ਤੋਂ ਰੋਕਦੇ, ਫਿਰ ਸ਼ੈਤਾਨੀ ਤੋਂ ਰੋਕਣਾ। ਚੱਲ ਸ਼ੈਤਾਨੀ ਨਿੱਕੀ ਮੋਟੀ ਤਾਂ ਮਤਲਬ ਕੋਈ ਚੱਕਰ ਨਹੀਂ, ਚੱਲ ਜਾਂਦੀ ਆ, ਪਰ ਐਂ ਆ ਵੀ ਗੱਲ ਜਿਹੜੀ ਕੋਈ ਸਿੱਖਿਆ ਦੇਣੀ ਹੁੰਦੀ ਚੰਗੀ, ਉਹ 'ਤੇ ਅਸਰ ਕਰਨਾ ਹੁੰਦਾ। ਠੀਕ ਆ, ਠੀਕ ਆ ਨਿੱਕਿਓ, ਓਕੇ ਕਹਿੰਦੀ। ਨਿੱਕੀ ਨੂੰ ਤਾਂ ਇੱਥੋਂ ਕੋਈ ਗੱਲ ਕਹਿ ਦੀ ਉੱਥੇ ਜਾ ਕੇ ਭੁੱਲ ਜਾਂਦੀ, ਨਹੀਂ ਭੁੱਲਦੀ। ਠੀਕ, ਤੇ ਹੁਣ ਕਿੱਥੇ ਜਾਣਾ, ਕੀ ਗਿਫਟ ਲੈਣ ਜਾਣਾ? ਪੰਡੋਰਾ ਦਾ ਤੁਸੀਂ ਗਿਫਟ ਲੈ ਕੇ ਦੇਣਾ, ਮੈਂ ਥੋੜੀ ਲੈ ਕੇ ਦੇਣਾ। ਨਹੀਂ ਮੇਰੀ ਵੀ ਸੁਣੋ, ਆਪਣਾ ਮੋਬਾਈਲ ਹਿੱਲੀ ਜਾਂਦਾ ਐ ਕਰਕੇ, ਆ ਸਟੈਂਡ ਜੇ ਤੇ ਲਾਇਆ ਕਰਕੇ, ਚੱਲ ਹਿੱਲ, ਚੱਲ ਕੋਈ ਨਾ, ਹਿੱਲੀ ਜਾਂਦਾ ਕੋਈ ਨਾ। ਕੁਛ ਨਹੀਂ ਚਾਹੀਦਾ ਹੈਗਾ ਮੈਨੂੰ, ਤੁਸੀਂ ਹੀ ਮੇਰੇ ਲਈ ਗਿਫਟ ਆ ਜਿਹੜਾ ਬਾਬਾ ਜੀ ਨੇ ਮੈਨੂੰ ਦਿੱਤਾ ਹੈ, ਸਾਰਿਆਂ ਤੋਂ ਪਿਆਰਾ ਜਿਹਦਾ ਕੋਈ ਮੁੱਲ ਨਹੀਂ, ਅਨਮੋਲ। ਠੀਕ ਆ, ਤਾਂ ਮੈਂ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦੀ ਹਾਂ। ਗਿਫਟ ਹੋ ਮੇਰੇ ਵਾਸਤੇ, ਮੰਮਾ ਪਾਪਾ ਵਾਸਤੇ, ਦਾਦਾ ਦਾਦੀ ਵਾਸਤੇ ਗਿਫਟ ਹੋ ਤੁਸੀਂ, ਪਿਆਰਾ ਜਿਹਾ, ਸੋਹਣਾ ਜਿਹਾ। ਉਹ ਤੁਹਾਡੀ ਇੱਛਾ ਹੈ। ਵੇਟ, ਹਾਂ ਮੰਮਾ, ਤੁਸੀਂ ਸਾਡੇ ਗਿਫਟ ਨੂੰ ਉਦੋਂ ਤੱਕ ਜੀ ਦੇ ਸਕਦੇ ਜਦੋਂ ਤੱਕ ਆਪਾਂ ਘਰ ਨਹੀਂ ਪਹੁੰਚ ਗਏ। ਓਕੇ, ਠੀਕ ਹੈ। ਗਿਫਟ ਨੂੰ ਉਦੋਂ ਤੱਕ ਨਹੀਂ ਦੇਖ ਸਕਦੇ ਜਦ ਤੱਕ ਘਰ ਨਹੀਂ ਪਹੁੰਚਦੇ, ਘਰ ਨਹੀਂ ਪਹੁੰਚਦੇ ਘਰ ਤੱਕ। ਹਾਂ, ਕਿਉਂਕਿ ਆਪਾਂ ਹਨਾ ਇੱਕ ਉਹਨੂੰ ਹਨਾ ਰੈਪ ਕਰਦੇ ਨਾ। ਰੈਪ ਕੀ ਕਰਨਾ, ਮਾਂ ਦੀਆਂ ਅੱਖਾਂ ਦੇ ਪੱਟੀ ਬੰਨ ਦੋ। ਨਹੀਂ ਨਹੀਂ ਜੇ ਇਹਨੂੰ ਗੰਢ ਬੰਨਾਂਗੇ ਵਿਚਾਰਾ।
ਹੁਣ ਅਸੀਂ ਪਹਿਲਾਂ ਚੱਲੇ ਹਾਂ ਡੋਲਰਾਮਾ ਅਤੇ ਇੱਥੋਂ ਇਹਨਾਂ ਨੇ ਪਤਾ ਨਹੀਂ ਕੀ ਲੈਣਾ, ਮੈਨੂੰ ਲੱਗਦਾ ਮਾਂ ਦੇ ਗਿਫਟ ਦਾ ਤਾਂ ਬਹਾਨਾ ਹੀ ਆ, ਸਮਾਨ ਸਮੂਨ ਇਹਨਾਂ ਆਪਦਾ ਲਈ ਜਾਣਾ। ਡੋਲਰਾਮਾ ਤੇ ਚਾਰ ਪੰਜ ਕਹਿੰਦੇ ਸਾਨੂੰ 10 ਮਿੰਟ ਦਿਓ, ਅਸੀਂ ਜੋ ਲੈਣਾ ਲੈ ਲਓ, ਜੋ ਮਰਜ਼ੀ ਲੈ ਲਓ, 10 ਮਿੰਟ ਕੀ 20 ਮਿੰਟ ਲੈ ਲਓ। ਇੱਧਰ ਬਿਸਕੁਟ ਵੀ ਲੈਣੇ, ਬਿਸਕੁਟ ਤਾਂ ਘਰੇ ਇੰਨੇ ਪਏ ਆਪਣੇ। ਮੈਨੂੰ ਤਾਂ ਲੱਗਦਾ ਤੁਸੀਂ ਆਪਦੀ ਪਸੰਦ ਦੀਆਂ ਚੀਜ਼ਾਂ ਲਈ ਜਾਂਦੀਆਂ, ਮੰਮੀ ਦੀ ਪਸੰਦ ਦੀਆਂ ਨਹੀਂ। ਲੈ ਲਓ ਜੋ ਲੈਣਾ ਪੁੱਤ, ਜੋ ਤੁਹਾਡਾ ਜੀ ਕਰਦਾ ਲੈ ਲਓ। ਕੀ ਮੰਮਾ ਪਤਾ ਨਹੀਂ ਕੱਲ ਪਰਸੋਂ ਕਹਿੰਦੇ ਸੀ ਕਿ ਕਹਿੰਦਾ ਉਹਨਾਂ ਨੂੰ ਨਾ ਜੂੜੇ ਤੇ ਸਾਈਡ ਤੇ ਲਾਉਣੀ ਚਾਹੀਦੀਆਂ ਨੇ ਛੋਟੇ ਛੋਟੇ ਜਿਹੇ ਕਲਿੱਪਾਂ। ਆਹਾ ਇਹ ਮੰਮਾ ਦੇ ਲਾਉਣ ਵਾਲੀਆਂ ਕਿ ਤੁਹਾਡੇ ਲਾਉਣ ਵਾਲੀਆਂ? ਮੰਮਾ ਦੇ, ਇਹ ਤਾਂ ਨਿੱਕੀਆਂ ਨਿੱਕੀਆਂ ਹੀ ਨਾ ਤਾਂ ਹੈਗੀਆਂ। ਨਹੀਂ ਮੰਮਾ ਨੇ ਸਾਈਡ ਤੇ। ਓਕੇ ਚੱਲ ਆ ਜਾਓ ਫਿਰ, ਠੀਕ ਆ। ਮੰਮੀ ਇੱਧਰ ਗਈ ਪਰ ਬਾਕੀ ਆਪਾਂ ਚੀਜ਼ਾਂ ਬਾਕੀ ਦੇ ਦੋ। ਗਾਈਸ ਦੇਖੋ ਆਪਣਾ ਬੈਗ ਆਲਮੋਸਟ ਫੁੱਲ ਹੋ ਚੁੱਕਾ ਹੈ, ਆਪਣਾ ਛੋਟਾ ਜਿਹਾ ਕੰਪਰ ਹੈ। ਨਾਲੇ ਅਸੀਂ ਮੰਮੀ ਨੂੰ ਦੱਸ ਦੇਣੀ ਪਈ ਅਸੀਂ ਕੀ ਲੈਣੇ ਪਏ ਆ। ਅੱਛਾ ਹਾਂ, ਮੰਮੀ ਨੂੰ ਪਤਾ ਹੀ ਨਹੀਂ ਅਸੀਂ ਫਰਸਟ ਵਾਰੀ ਕੀ ਲਿਆ ਸੀ, ਸੈਕਿੰਡ ਵਾਰੀ ਮੰਮੀ ਨੂੰ ਪਤਾ ਚੱਲ ਗਿਆ ਹੈਨਾ ਕਿ ਨਹੀਂ? ਨਹੀਂ ਨਹੀਂ ਪਤਾ ਚੱਲਿਆ ਮੇਰਾ ਮਤਲਬ, ਨਾਲੇ ਫਿਰ ਮੰਮੀ ਨੂੰ ਪਤਾ ਚੱਲਿਆ ਹੀ ਆ ਕਿਉਂਕਿ ਦਿਨ ਨੇ ਮੰਮਾ ਨੂੰ ਦੱਸਿਆ। ਚਲੋ ਕਰੋ ਪੇ। ਨੈਕਸਟ ਇਨ ਲਾਈਨ। ਅੱਜ ਭੀੜ ਹੀ ਬਹੁਤ ਆ, ਨਹੀਂ ਤਾਂ ਡੋਲਰਾਮਾ 'ਚ ਤਾਂ ਇੰਨੀ ਹੁੰਦੀ ਨਹੀਂ, ਬਹੁਤਾ ਖਾਲੀ ਆ। ਲੈ ਲਓ ਇੱਕ ਜਣਾ ਸਕੈਨ ਕਰੋ, ਜਿਹੜਾ ਮਰਜ਼ੀ ਕਰ ਲਓ।
ਡੈਬਿਟ ਕ੍ਰੈਡਿਟ ਪੈਸੇ ਦੇਵਾਂ ਪਾਲੋ ਲਿਫਾਫੇ 'ਚ ਪਾਲੋ ਸਮਾਨ ਓਕੇ ਹਾਂਜੀ ਕੋਸਕੋ ਦੇ ਵਿੱਚ ਕੋਈ ਮੇਰੇ ਸਾਈਜ਼ ਦੀ ਚੀਜ਼ ਲੱਭਦੀ ਹੋਈ ਨਹੀਂ ਆਹ ਅਲਾਰਮ ਵੱਜ ਗਿਆ ਪਤਾ ਨਹੀਂ ਕਾਹਤੋਂ ਕੋਸਕੋ 'ਚ ਐਮਰਜੈਂਸੀ ਅਲਾਰਮ ਵੱਜਣ ਲੱਗ ਗਿਆ ਹੋ ਗਿਆ ਬੰਦ ਹਾਂਜੀ ਆਇਆ ਤੁਸੀਂ ਪਸੰਦ ਕਿ ਨਹੀਂ ਮੇਰੇ ਸ਼ਹਿਰ ਦੇ ਵਿੱਚ ਕੱਲਾ ਮੁੰਡਿਆਂ ਨੇ ਔਰ ਆਵੀ ਦੇ ਕੀ ਬਣਿਆ ਦਿਖਾ ਦੀ ਕੀ ਬਣਾਇਆ ਉਹ ਕੀ ਬਣਾਇਆ ਉਹ ਦਿਖਾ ਇੰਨੇ ਨਾਲ ਜਵਾਕ ਖੁਸ਼ ਹੋ ਜਾਂਦੇ ਆ ਆ ਬਾਹਰ ਨਿਕਲਦੇ ਆ ਬਿੱਲ ਬਿੱਲ ਚੈੱਕ ਕਰਾਉਂਦੇ ਆ ਅਤੇ ਉਹ ਉੱਤੇ ਕੋਈ ਬਣਾ ਦਿੰਦੇ ਆ ਕੋਈ ਨਿੱਕਾ ਜਿਹਾ ਫੋਟੋ ਜੀ ਅਤੇ ਉਹਦੇ ਨਾਲ ਖੁਸ਼ ਹੋ ਜਾਂਦੇ ਵੀ ਆਹ ਸਾਨੂੰ ਦੇ ਤਾ ਇਹ ਇਹ ਇਸੇ ਗੱਲੋਂ ਹੀ ਕਈ ਵਾਰੀ ਲੜ ਪੈਂਦੀਆਂ ਨਿੱਕੀ ਅਤੇ ਵੱਡੀ ਉਹ ਕਹੂੰ ਮੈਂ ਪਰਚੀ ਫੜਨੀ ਆ ਬਾਹਰ ਨਿਕਲਣ ਲੱਗਿਆ ਉਹ ਕਹੂੰ ਮੈਂ ਇਹ ਬ੍ਰਿਜ ਦਾ ਕੰਮ ਚੱਲਦਾ ਨਾ ਇੱਥੇ ਆ ਸਾਰਾ ਸਮਾਨ ਬ੍ਰਿਜ ਦਾ ਆਹ ਪੁਰਾਣਾ ਬ੍ਰਿਜ ਆ ਜਿਹੜਾ ਬ੍ਰਿਜ ਆ ਇਹ ਪੁਰਾਣਾ ਉਹ ਨਵਾਂ ਬਣਨਾ ਹੁਣ ਉਹਦੇ
ਆਓ ਦੇਖ ਦੇਖਿਆ ਕਿੰਨੀ ਸੋਹਣੀ ਲੋਕੇਸ਼ਨ ਆ। ਆ ਬਹੁਤ ਪੁਰਾਣਾ ਬ੍ਰਿਜ ਆ ਇਹ। ਵਾਹ ਜੀ ਵਾਹ, ਇਹ ਹੈਗਾ ਫਰੇਜ਼ਰ ਰਿਵਰ। ਇਹ ਸਰੀ ਅਤੇ ਨਿਊ ਵੈਸਟਮਿਨਿਸਟਰ ਦੇ ਵਿੱਚ ਦੀ ਵਗਦਾ ਇਹ। ਆਹ ਹੈਗਾ ਪੁਰਾਣਾ ਬ੍ਰਿਜ ਜਿੱਥੇ ਅਸੀਂ ਵਾਕ ਕਰ ਰਹੇ ਹਾਂ, ਅਤੇ ਉਹ ਦੂਜੀ ਸਾਈਡ 'ਤੇ ਨਵਾਂ ਬਣ ਰਿਹਾ, ਉਹ ਲੋਹੇ ਦਾ ਜਿਹੜਾ ਉਹ ਬਣ ਰਿਹਾ, ਆਹ ਪਿੱਲਰ ਜਿਹਾ ਬਣ ਰਿਹਾ, ਅਤੇ ਇਹਦੇ ਨਾਲ ਨਵਾਂ ਕਰਨਗੇ ਬਣਾਉਣਗੇ। ਉਹ ਜਿਹੜਾ ਬ੍ਰਿਜ ਆ ਉਹ ਤੁਸੀਂ ਦੇਖਿਆ ਜੀ, ਆ ਮੈਟਰੋ ਵਾਲਾ ਵਾ ਉਹ। ਕਿੱਥੇ ਜਾਣਾ? ਕਿਉਂ ਪਿੱਛੇ ਕਰਨਾ ਪੁੱਤ? ਘਰ ਨੂੰ ਚਲੇ ਗਏ। ਲੰਘ ਗਿਆ ਹੁਣ ਤੂੰ, ਪਹਿਲਾਂ ਨਹੀਂ ਦੱਸਿਆ। ਕੀ ਆ ਪਿੱਛੇ? ਉਹ ਕੀ ਆ ਪਿੱਛੇ ਦੱਸੋ ਤੁਸੀਂ। ਸਭੇ ਹਾਂ ਕੀ ਸੀ? ਬਰਗਰ ਕਿੰਗ ਬੋਲ ਕੇ ਤਾਂ ਦੱਸ ਫਿਰ, ਚੂੰ ਚੂੰ ਕਰੀ ਜਾਨੀ ਕਤੂਰੇ ਨੂੰ। ਕੀ ਸੀਗਾ ਕੀ ਸੀ ਪਿੱਛੇ? ਲੜਾਈ ਹੋ ਗਈ ਸਾਡੀ ਪਿੱਛੇ। ਅੱਛਾ ਮਕਡੋਨ ਨਾਲ ਪਿੱਛੇ ਲੰਘ ਗਿਆ। ਤੁਸੀਂ ਗਲਤ, ਤੁਸੀਂ ਧਿਆਨ ਨਹੀਂ ਦਿੱਤਾ ਮੇਰੀ ਗੱਲ। ਮਕਡੋਨ ਨਾਲ ਜਾਣਾ? ਮੰਮਾ ਕਰਕੇ ਜਾਣਾ ਕਿ ਤੁਸੀਂ ਜਾਣਾ? ਅੱਜ ਮਦਰ ਡੇ ਹੈ ਨਾ। ਚੱਲ ਹੁਣ ਮੁੜ ਕੇ ਵਾਪਸ ਚੱਲੇ ਆ। ਹੈ ਮਕਡੋਨਲ ਤੋਂ ਰੋਈ ਪਈ ਸੀ। ਹੈ ਮਕਡੋਨਲ ਜਾਣਾ ਮੋੜਨੀ ਤਾਂ ਹੈਗੀ ਹੋਈ ਸੀ ਪੁੱਤ, ਤੈਨੂੰ ਉਦੋਂ ਹੀ ਛੇੜਦੇ ਸੀ। ਜ਼ਰੂਰੀ ਜਾਣਾ ਮਕਡੋਨਲ? ਹਾਂਜੀ, ਘਰੇ ਜਾ ਕੇ ਖਾ ਲਓ ਰੋਟੀ। ਲੈਣਾ ਕੀ ਹੈ ਰਾਵੀ ਨੇ?
ਚਿਕਨ ਨਗਟਸ ਖਾਣੇ ਆ? ਮੈਂ ਵੀ ਖਾਣਾ। ਤੂੰ ਕੀ ਖਾਣਾ? ਸਾਡਾ ਨਿੱਕਾ ਕਾਕਾ ਬਈ ਰੋ ਕੇ ਲਿਆਇਆ ਸਾਨੂੰ ਮੈਕਡੋਨਲ, ਕਹਿੰਦਾ ਮੈਕਡੋਨਲ ਜਾਣਾ ਹੀ ਜਾਣਾ ਹੈ। ਤੁਸੀਂ ਐਂ ਕਰਿਓ, ਮੈਨੂੰ ਇੱਥੇ ਛੱਡ ਦਿਓ, ਫੇਰ ਮਨਵੀ ਨੂੰ ਲਿਆਇਓ। ਚੰਗਾ, ਨਿੱਕੀ ਪੂਰੀ ਖੁਸ਼ ਆ ਮੈਕਡੋਨਲ ਦੇ ਨਾਲ। ਮੈਕਡੋਨਲ ਵੀ ਪੂਰਾ ਸਜਾਇਆ ਹੋਇਆ ਜਿਨ੍ਹਾਂ ਨੇ। ਇੱਥੇ ਲਾਈਨ ਦੇ ਵਿੱਚ ਲੱਗਣਾ ਪੈਣਾ। ਓਕੇ, ਇੱਥੇ ਆਰਡਰ ਕਰਨਾ ਤੁਸੀਂ ਆ। ਹੈਪੀ ਬਰਥਡੇ। ਬੱਚੇ ਕਹਿੰਦੇ ਵੀ ਮੈਕਡੋਨਲ ਤੋਂ ਕੁਛ ਖਾਣਾ, ਅਤੇ ਮੈਂ ਕਿਹਾ ਵੀ ਮੈਂ ਤਾਂ ਕੁਛ ਖਾਣਾ ਨਹੀਂ, ਘਰੋਂ ਰੋਟੀ ਵਗੈਰਾ ਖਾ ਕੇ ਆਏ ਸੀ, ਵੀ ਆਪਾਂ ਤਾਂ ਕੌਫੀ ਪੀ ਲਾਂਗੇ। ਸੋ ਆਪਾਂ ਆਏ ਹਾਂ ਸਟਾਰਬਕ, ਆਪਾਂ ਲੈਂਦੇ ਹਾਂ ਇੱਥੋਂ ਕੌਫੀ। ਦੀ ਕੌਫੀ ਟਿਮ ਹੋਟਲ ਨਾਲੋਂ ਕਾਫੀ ਮਹਿੰਗੀ ਹੁੰਦੀ ਆ ਸਟਾਰਬਕ ਵਾਲਿਆਂ ਦੀ, ਜਿਵੇਂ ਉੱਥੇ ਦੋ ਢਾਈ ਕੁ ਡੋਲਰ ਦੀ ਕੌਫੀ ਆ ਜਾਂਦੀ ਆ, ਇੱਥੇ ਛੇ ਸਾਢੇ ਛੇ ਡੋਲਰ ਦੀ ਆਉਂਦੀ ਆ ਉਹ। ਇਹਨਾਂ ਦੇ ਜਿਹੜੇ ਹੁੰਦੇ ਆ ਜ਼ਿਆਦਾਤਰ ਪੀਂਦੇ ਆ ਗੋਰੇ, ਪੀਂਦੇ ਤਾਂ ਆਪਣੇ ਪੰਜਾਬੀ ਵੀ ਆ, ਪਰ ਗੋਰੇ ਜ਼ਿਆਦਾ ਇਹਨਾਂ ਦੀ ਕੌਫੀ ਪੀਣੀ ਪਸੰਦ ਕਰਦੇ ਆ, ਆਪਣੇ ਵਾਲੇ ਜ਼ਿਆਦਾ ਟਿਮ ਹੋਟਲ ਤੋਂ। ਪਤਾ ਨਹੀਂ ਤਾਂ ਪ੍ਰਾਈਸ ਡਿਫਰੈਂਟ ਕਰਕੇ ਵੀ ਹੋ ਸਕਦਾ, ਪਰ ਗੋਰਿਆਂ ਦੀ ਫੇਵਰੇਟ ਜਿਹੜੀ ਕੌਫੀ ਆ ਉਹ ਸਟਾਰਬਕ ਦੀ ਕੋਈ ਆ, ਅਸੀਂ ਤਾਂ ਇੱਥੇ ਦੇਖਦੇ ਹਾਂ। ਅਤੇ ਆਪਣੇ ਪੰਜਾਬੀਆਂ ਦੀ ਜਿਹੜੀ ਜ਼ਿਆਦਾ ਹੈਗੀ ਆ ਉਹ ਟਿਮ ਹੋਟਲ 'ਤੇ ਹੀ ਹੁੰਦੀ ਆ ਭੀੜ। ਜੇ ਹੀ ਮੈਂ ਟਿਮ ਹੋਟਲ 'ਤੇ ਗਿਆ ਹੁੰਦਾ ਹੈ ਨਾ, ਤਾਂ ਇੱਥੇ ਪੂਰੀ ਲਾਈਨ ਲੱਗੀ ਹੋਣੀ ਸੀ। ਅਤੇ ਆਹ ਸਟਾਰਬਕ ਆਇਆ ਤਾਂ ਦੇਖ ਲਓ, ਇੰਨੀ ਹੈ ਨਹੀਂ, ਘੱਟ ਹੀ ਨੇ। ਥੈਂਕ ਯੂ। ਟੇਸਟ ਕਰਾ ਦਿੱਤਾ, ਇੰਨਾ ਛੋਟਾ ਪੀਸ ਜਦੋਂ ਮੰਮੀ ਨੇ ਵੀ ਦਿੱਤਾ ਸੀ, ਮੰਮੀ ਨੇ ਵੀ ਤੋੜ ਕੇ।
ਹਾਂਜੀ, ਅਸੀਂ ਨਾ ਰਸਤੇ ਦੇ ਵਿੱਚੋਂ ਜਾ ਰਹੇ ਸੀ ਅਤੇ ਥੋੜ੍ਹੇ ਜਿਹੇ ਬੰਦੇ ਕੇਸਰੀ ਝੰਡੇ ਲੈ ਕੇ ਖੜ੍ਹੇ ਸੀ, ਅਤੇ ਅਸੀਂ ਵੀ ਚਲੋ ਆ ਗਏ, ਪੁੱਛਦੇ ਹਾਂ ਕੀ ਕਰ ਰਹੇ ਕਾਹਦੇ ਲਈ। ਤਾਂ ਇਹਨਾਂ ਨੇ ਕਿਹਾ ਵੀ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦੇ ਹਾਂ। ਤਾਂ ਚਲੋ ਬਹੁਤ ਵਧੀਆ ਗੱਲ ਆ, ਅਤੇ ਅਸੀਂ ਵੀ ਨਾਲ ਸ਼ਾਮਿਲ ਹੋ ਗਏ ਅਤੇ ਬੰਦੀ ਜਿਹੜੇ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਅਰਦਾਸ ਕੀਤੀ, ਪਰਮਾਤਮਾ ਉਹਨਾਂ ਨੂੰ ਰਿਹਾਅ ਕਰੇ ਅਤੇ ਉਹ ਵੀ ਆਪਣੀ ਜ਼ਿੰਦਗੀ ਆ ਕੇ ਪਰਿਵਾਰ ਅਤੇ ਸਮਾਜ ਵਿੱਚ ਜੀਣ। ਵਾਹਿਗੁਰੂ ਕਿਰਪਾ ਕਰੇ ਅਤੇ ਸਭ ਬੰਦੀ ਸਿੰਘਾਂ ਨੂੰ ਰਿਹਾਈ ਮਿਲੇ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ। ਹੁਣ ਮਦਰ ਡੇ ਦਾ ਗਿਫਟ ਦੇਣਗੇ, ਨਾਲ ਇੱਥੇ ਖੇਡ ਲੈਣਗੇ 10 ਮਿੰਟ। ਹਾਂਜੀ, ਦਿਖਾਓ ਕੀ ਗਿਫਟ ਲਿਆਏ। ਰਵਨੀਤ ਆ ਜਾ, ਕਿਤੇ ਪਹਿ ਕੁਕੀਜ਼ ਲੈ ਕੇ ਆਏ ਸੀਗੇ। ਤੈਨੂੰ ਕਿਤੇ ਪਤਾ ਮੈਨੂੰ ਆਹ ਕੁਕੀਜ਼ ਪਸੰਦ ਆ? ਲਿਖਿਆ ਕੁਛ ਤੇ? ਖਾਲੀ ਕਾਰਡ ਹੀ ਦੇਤਾ। ਮੇਰੀ ਜੂੜੀ ਖੁੱਲੀ ਰਹਿੰਦੀ ਹੁੰਦੀ ਤਾਂ ਮੈਂ ਸੋਚਦੀ ਸੀ ਮੇਰੇ ਕੋਲ ਨਿਕਲੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਰਵਨੀਤ। ਵਾਹਿਗੁਰੂ ਸਾਨੂੰ ਤੁਹਾਡੇ ਵਰਗੇ ਪੁੱਤ ਦੇ ਵਿੱਚ ਛੋਣੇ 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 ਪਿਆਰ ਕਰਨ ਵਾਲੇ, ਧਿਆਨ ਰੱਖਣ ਵਾਲੇ। ਥੈਂਕ ਯੂ ਵੈਰੀ ਮੱਚ। ਹੋਏ ਹੋਏ ਇੱਥੇ ਨਿਕਲ ਜਾਂਦੇ ਆ, ਚੱਲ ਜਾ ਕੋਲੇ। ਅਸੀਂ ਮੰਮਾ ਨੂੰ
ਮਦਰਸ ਡੇ ਦਾ ਗਿਫਟ ਦਿੱਤਾ ਸੀ ਸਰਪ੍ਰਾਈਜ਼, ਤਾਂ ਕਰਕੇ ਮੰਮਾ ਸਾਨੂੰ ਪਾਰਕ ਚ ਲੈ ਕੇ ਆਏ। ਸੋ ਕੀ ਕਰਕੇ ਦਿਖਾਓਗੇ? ਹਾਂਜੀ ਉੱਥੇ ਚਲ ਜਾ ਪਿੱਛੇ। ਜੰਪ ਸਹਿਰ ਨਾ ਬਣਾ ਲਈ। ਹਾਂਜੀ ਇੱਕੋ ਮਿੰਟ ਪੁੱਤ, ਚਲੋ ਥੱਕਿਆ ਨੀ? ਓ ਕਰਦੇ ਜੰਪ, ਥੱਕੀ ਨੀ? ਵੈਰੀ ਗੁੱਡ। ਮੈਂ ਕਰਦੀ ਹਾਂ ਸਭ ਤੋਂ ਜ਼ਿਆਦਾ ਲੌਂਗੈਸਟ ਕੌਣ ਹੈਂਗ ਕਰ ਸਕਦਾ। ਓਕੇ ਆਸ਼ਾ, ਤੁਹਾਨੂੰ ਪਤਾ ਸਾਰੀਆਂ ਮਾਵਾਂ ਹੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਹੁੰਦੀਆਂ ਆ, ਹੈ ਨਾ? ਉਹ ਜਿਵੇਂ ਮਾਵਾਂ ਇਕੱਲੀਆਂ ਹੀ ਨਹੀਂ ਕਰਦੀਆਂ, ਜਿਵੇਂ ਦਾਦੀਆਂ, ਨਾਨੀਆਂ, ਭੂਆ, ਮਾਸੀਆਂ ਸਾਰੀਆਂ ਹੀ ਬਹੁਤ ਕਰਦੀਆਂ ਹੁੰਦੀਆਂ, ਹੈ ਨਾ? ਸਾਰੀਆਂ ਮਾਵਾਂ ਸਮਾਨ ਹੁੰਦੀਆਂ ਆ, ਖਾਸ ਕਰਕੇ ਹੈ ਨਾ ਜਦੋਂ ਬੱਚੇ ਦੀ ਦੇਖਭਾਲ ਕਰਦੀਆਂ ਉਹ ਸਾਰੀਆਂ ਮਾਵਾਂ ਵਾਂਗੂ ਹੀ ਕਰਦੀਆਂ ਆ। ਹੁਣ ਚੱਲ ਰਾਵੀ, ਰੈਡੀ? ਵੇਟ, ਮੈਂ ਸ਼ਬਦਾਂ ਤਾਂ ਕਹਿ ਨਹੀਂ ਸਕਦੀ, ਪਰ ਮੇਰੇ ਬੱਚਿਆਂ ਨੂੰ ਸਾਰਿਆਂ ਤੋਂ ਹੀ, ਖਾਸ ਕਰਕੇ ਉਹਨਾਂ ਦੀ ਦਾਦੀ ਤੋਂ, ਮਾਵਾਂ ਵਰਗਾ ਹੀ ਪਿਆਰ ਮਿਲਿਆ ਹੈ। ਰੈਡੀ? ਓ ਦੇਖਦੇ ਆ ਕਿੰਨੀ ਦੇਰ ਹੋਲਡ ਕਰ ਸਕਦੇ ਆ। ਬਸ ਬਸ ਬਸ, ਰਾਵੀ ਹੋ ਗਿਆ। ਨਹੀਂ ਅਸ਼ਮੀ ਤੇ ਜਾਊ ਥੱਲੇ, ਅਸ਼ਮੀ ਛੱਡ ਦੇ, ਥੱਕ ਗਈ ਤੂੰ। ਵੇਟ ਵੇਟ, ਹਾਏ ਛੱਡ ਦੇ ਫਿਰ, ਹਾਰ ਨਹੀਂ ਚਾਹੁੰਦੀ ਅਸ਼ਮੀ, ਤੂੰ ਛੱਡ ਦੇ, ਛੱਡ ਦੇ, ਛੱਡ ਦੇ, ਛੱਡ ਦੇ। ਹਾਂ ਹਾਰ ਨਹੀਂ ਮੰਨੀ। ਓ ਮਾਈ ਗੋਡ, ਅਸ਼ਮੀ ਤੂੰ ਛੱਡ ਦੇ। ਅਸ਼ ਨੋ ਨੋ ਨੋ, ਚੀਟਰ ਕੱਖ, ਚੀਟਰ ਕੱਖ। ਓ ਦੀਦੀ ਹਾਰ ਗਈ, ਰਾਵੀ ਜਿੱਤ ਗਈ ਯੇ। ਛੱਡ ਦੇ ਰਾਵੀ, ਛੱਡ ਦੇ, ਤੂੰ ਜਿੱਤ ਗਈ ਆ। ਨੋ ਇਟਸ ਓਕੇ, ਉਹ ਛੋਟੀ ਆ। ਰਾਵੀ ਛੱਡ ਦੇ ਪੁੱਤ, ਤੂੰ ਜਿੱਤ ਗਈ ਆ, ਛਾਲ ਮਾਰ ਦੇ। ਵਾਹੋ, ਯੈਸ, ਯੂ ਆਰ ਵਿਨਰ। ਹੱਥ ਉੱਪਰ ਕਰ ਦੇ। ਥੱਕ ਗਏ? ਮੈਂ ਇੱਕ ਗੱਲ, ਮੈਂ ਇੱਕ ਚੀਜ਼, ਰੈੱਡ ਹੋ ਗਏ ਹੁਣ ਯਾਰ। ਆਓ ਇੱਧਰ ਆਓ, ਵੇਟ ਚੱਲੀਏ ਹੁਣ ਪੁੱਤ। ਨਹੀਂ ਇੱਕ ਵਾਰੀ ਇੱਧਰ ਆਓ। ਕਿਵੇਂ ਦਾ ਫੀਲ ਹੋ ਰਿਹਾ ਜਿੱਤ ਕੇ? ਬੇਕਾਰ। ਚੱਲੀਏ, ਹਨੇਰਾ ਹੋ ਗਿਆ ਪੁੱਤ। ਨਹੀਂ ਮੈਂ ਇੱਕ ਚੀਜ਼ ਦਿਖਾਉਣੀ ਕਰਦੀ। ਮੰਮਾ ਨੇ ਕੰਮ ਤੇ ਜਾਣਾ ਸਵੇਰੇ। ਮੰਮਾ, ਹਾਂਜੀ, ਮੈਂ ਤੁਹਾਨੂੰ ਇੱਕ
ਲੱਗਦੀ ਮਮਾ ਨੇ ਕਿਸੇ ਪਾਸੇ ਡੇਗਣਾ ਪਈ ਚੂਹੇ ਜੀਏ ਹਾਏ ਬਾਹ ਭਾਵੇਂ ਮਰੋੜੀ ਜਾਵੇ ਬਸ ਹੁਣ ਹੋਰ ਨਹੀਂ ਕਰਨਾ ਪੁੱਤ ਨਹੀਂ ਕਰੇ ਮੈਂ ਵੀ ਇਹ ਕਰੂੰਗੀ ਇਦਾਂ ਸਕੂਲ ਚ ਕਰਦੀਆਂ ਇਹ ਉਹ ਹਫਤਾ ਸਕੂਲੇ ਨਹੀਂ ਨਾ ਗਈ ਹੁਣ ਇਹਦਾ ਜੀ ਕਰਦਾ ਵੀ ਮੈਂ ਟੱਪ ਟੱਪਾ ਹੈ ਹੁਣ ਸਕੂਲੇ ਜਾਣ ਨੂੰ ਵੀ ਜੀ ਨਹੀਂ ਕਰਦਾ ਹੈ ਚਲੋ ਚਲੋ ਪੁੱਤ ਆ ਜਾਓ ਚਲੋ ਹਾਂਜੀ ਇਹ ਸੀਗਾ ਅੱਜ ਬੱਚਿਆਂ ਨੇ ਕਿਹਾ ਸੀਗਾ ਮਦਰ ਡੇ 'ਤੇ ਗਿਫਟ ਦੇਣਾ ਅਤੇ ਚਲੋ ਮੈਂ ਸੋਚਿਆ ਆਪਾਂ ਵਲੌਗ ਬਣਾ ਲੈਂਦੇ ਹਾਂ ਅਤੇ ਇਹ ਸਾਡਾ ਅੱਜ ਦਾ ਵਲੌਗ ਸੀਗਾ ਅਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣਾ ਚੈਨਲ ਅਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਅਤੇ ਅੱਜ ਦੀ ਵਲੌਗ ਦੀ ਫਿਰ ਇੱਥੇ ਹੀ ਸਮਾਪਤੀ ਆ ਅਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਫਿਰ ਕਿਤੇ ਮਿਲਦੇ ਹਾਂ ਅਗਲੇ ਕਿਸੇ ਵਲੌਗ 'ਚ ਸਤਿ ਸ਼੍ਰੀ ਅਕਾਲ